ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਕੰਮਾਂ ਕਾਰਾਂ ਚ ਬਿਜੀ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਕਲੰਚੋ ਪਲਾਂਟ ਬਾਰੇ ਤੇ ਇਸ ਬਾਰੇ ਆਪਾਂ ਦੱਸਦੇ ਹਾਂ ਜੇਕਰ ਜਾਣਕਾਰੀ ਤੁਹਾਨੂੰ ਦਿੰਦੇ ਹਾਂ ਆਪਾਂ ਇਸ ਬਾਰੇ ਦੱਸਦੇ ਹਾਂ ਵੀ ਇਹਦੀ ਕਿਵੇਂ ਕਟਿੰਗ ਲਾਉਣੀ ਹੈ ਕਦੋਂ ਇਹਨੂੰ ਗਰੋ ਕਰਨਾ ਕਿਹੜੇ ਮਹੀਨੇ ਦੇ ਵਿੱਚ ਇਹਦੀ ਕਟਿੰਗ ਲਾਈ ਜਾ ਸਕਦੀ ਹੈ ਤੇ ਕਿਸ ਤਰ੍ਹਾਂ ਇਹਨੂੰ ਛਾਂ ਧੁੱਪ ਕਿਹੜੀ ਕਦੋਂ ਕਿਵੇਂ ਵਿੱਚ ਰੱਖਣਾ ਹੈਗਾ ਤੇ ਅੱਜ ਆਪਾਂ ਇਹਦੇ ਬਾਰੇ ਸਾਰੀ ਜਾਣਕਾਰੀ ਲੈਂਦੇ ਹਾਂ ਤੇ ਆਓ ਆਪਾਂ ਹੁਣ ਇਸ ਬਾਰੇ ਜਾਣਦੇ ਹਾਂ ਵੀ ਕਿਸ ਤਰ੍ਹਾਂ ਦਾ ਪੌਦਾ ਹੈ ਕਲੰਚੋ ਇੱਕ ਸਾਈਕੁਲੈਂਟ ਵੈਰਾਈਟੀ ਦਾ ਵੀ ਪੌਦਾ ਹੈਗਾ ਇਹ ਤੇ ਇਹ ਵਿੰਟਰ ਸੀਜ਼ਨ ਦੇ ਵਿੱਚ ਹੀ ਫਲਾਵਰਿੰਗ ਕਰਦਾ ਹੈਗਾ ਤੇ ਨਵੰਬਰ ਤੋਂ ਲੈ ਕੇ ਮਾਰਚ ਅਪ੍ਰੈਲ ਤੱਕ ਇਹ ਫੁੱਲ ਫਲਾਵਰਿੰਗ ਕਰਦਾ ਹੈਗਾ ਤੇ ਹੁਣ ਆਹ ਦੇਖੋ ਤੁਸੀਂ ਮਈ ਦੇ ਵਿੱਚ ਮੇਰੇ ਹਲੇ ਵੀ ਹੁਣ ਫੁੱਲ ਖਿੜ ਰਹੇ ਆ ਪਰ ਮੈਂ ਇਹਨਾਂ ਨੂੰ ਹੁਣ ਮੈਂ ਇਹਨਾਂ ਨੂੰ ਰੱਖਣੇ ਨੀਗੇ ਕਿਉਂਕਿ ਫਿਰ ਜੇ ਰੱਖਾਂਗੇ ਆਪਾਂ ਇਸ ਦੀ ਗਰੋਥ ਨਹੀਂ ਹੁੰਦੀ ਭਾਵੇਂ ਮੈਂ ਇਹਨਾਂ ਨੂੰ ਕੱਟ ਕਰ ਦੂੰਗੀ ਹੁਣ ਇਹਨਾਂ ਨੂੰ ਸਾਰੇ ਇਹ ਕੱਟਣੇ ਕੱਟ ਗਏ ਹੁਣ ਆਪਾਂ ਇਹਨਾਂ ਨੂੰ ਫਿਰ ਦੱਸਾਂਗੇ ਜੋ ਤੁਹਾਨੂੰ ਵੀ ਕਦੋਂ ਇਸ ਦੀ ਫਲਾਵਰਿੰਗ ਲੱਗਦੀ ਹੈ ਤੇ ਇਹ ਇਸ ਤੋਂ ਜਦੋਂ ਆਪਾਂ ਕੇਰਾ ਕੱਟਦਾ ਤੇ ਇੱਥੋਂ ਇਹਦੀਆਂ ਬਰਾਚਾਂ ਨਿਕਲਦੀਆਂ ਇੱਥੋਂ ਸਾਰੇ ਹੋਰ ਨਵੇਂ ਪੱਤੇ ਨਿਕਲਣਗੇ ਕੱਢਣਗੇ ਤੇ ਇਹਦੀ ਗਰੋਥ ਜ਼ਿਆਦਾ ਵਧੂਗੀ ਤੇ ਜ਼ਿਆਦਾ ਹੀ ਸੰਘਣਾ ਹੋ ਜਾਊਗਾ ਇਹ ਬਹੁਤ ਜ਼ਿਆਦਾ ਸੰਘਣਾ ਬਹੁਤ ਵਧੀਆ ਪੌਦਾ ਹੈ ਮਤਲਬ ਇਹ ਤੇ ਮੇਰੇ ਕੋਲ ਬਹੁਤ ਸਾਲ ਹੋ ਗਏ ਇਹਨੂੰ ਚੱਲਦੇ ਨੂੰ ਫੁੱਲ ਫਲਾਵਰਿੰਗ ਕਰਦਾ ਬਹੁਤ ਸੋਹਣਾ ਲੱਗਦਾ ਤੇ ਇਹ ਤਾਂ ਮੇਰੇ ਕੋਲ ਦੇਸੀ ਕਲੰਚੋ ਆ ਤੇ ਮਤਲਬ ਇਹ ਡਬਲ ਪੈਟਲ ਦੇ ਵਿੱਚ ਵੀ ਆਉਂਦਾ ਗਾ ਤੇ ਇਹ ਦੇਸੀ ਵਾਲਾ ਇਹ ਸਿੰਗਲ ਪੈਟਲ ਦੇ ਵਿੱਚ ਹੁੰਦਾ ਤੇ ਜਿਹੜਾ ਡਬਲ ਵਾਲਾ ਹੁੰਦਾ ਉਹਦਾ ਮਤਲਬ ਫੁੱਲ ਹੁੰਦਾ ਜਿਹੜਾ ਉਹ ਗੁੰਦਮਾ ਜਿਹਾ ਹੁੰਦਾ ਗਾ ਤੇ ਕਈ ਰੰਗਾਂ ਦੇ ਵਿੱਚ ਇਹ ਆਉਂਦਾ ਗਾ ਕਈ ਰੰਗਾਂ ਤੋਂ ਇਹ ਪੱਤੀ ਇੱਕ ਪੱਤੀ ਤੋਂ ਵੀ ਮਤਲਬ ਜੇ ਇਸ ਤਰ੍ਹਾਂ ਇੱਕ ਪੱਤੀ ਲੱਗ ਗਈ ਇੱਕ ਪੱਤੀ ਤੋਂ ਵੀ ਇਸ ਤਰ੍ਹਾਂ ਲਾਇਆ ਜਾ ਸਕਦਾ ਇੱਕ ਪੱਤੀ ਤੋਂ ਵੀ ਗਰੋ ਹੋ ਜੂਗਾ ਪਰ ਪੱਤੀ ਤੋਂ ਗਰੋ ਹੋਣ ਤੇ ਇਹਨੂੰ ਬਹੁਤ ਟਾਈਮ ਲੱਗ ਜੂਗਾ ਤਾਂ ਕਿ ਆਪਾਂ ਇਹਨੂੰ ਗਰੋ ਕਰਨ ਦੇ ਵਿੱਚ ਫਿਰ ਆਪਾਂ ਇੱਥੋਂ ਕਟਿੰਗ ਲਵਾਂਗੇ ਜਿਹੜੀ ਇਹਦੀ ਕਟਿੰਗ ਲਵਾਂਗੇ ਤਾਂ ਇਹ ਇਸੋ ਨੋਡ ਏਰੀਆ ਤੋਂ ਹੀ ਲਵਾਂਗੇ ਤੇ ਇੱਥੋਂ ਲੈ ਕੇ ਫਿਰ ਆਪਾਂ ਤੁਹਾਨੂੰ ਇਹਦੇ ਸੈਂਡ ਦੇ ਵਿੱਚ ਲਗਾਉਣਾ ਗਾ ਸੈਂਡ ਦੇ ਵਿੱਚ ਆਇਆ ਪਾਣੀ ਛੇਤੀ ਥੱਲੇ ਡਰੇਨ ਪਾਣੀ ਨਿਕਲ ਜਾਂਦਾ ਪਾਣੀ ਗਮਲੇ ਦੇ ਵਿੱਚ ਰਹਿੰਦਾ ਨਹੀਂ ਜੋ ਆਪਾਂ ਦੂਸਰੀ ਮਿੱਟੀ ਦੇ ਵਿੱਚ ਲਾਉਂਦੇ ਹਾਂ ਉਹ ਪਾਣੀ ਜ਼ਿਆਦਾ ਤੱਕ ਗਿੱਲਾ ਹੋ ਜਾਂਦਾ ਮਿੱਟੀ ਗਿੱਲੀ ਹੋ ਜਾਂਦੀ ਹੈ ਤੇ ਜ਼ਿਆਦਾ ਫਿਰ ਉਹਦੀ ਇੱਥੋਂ ਗਲਣ ਲੱਗ ਜਾਂਦੀ ਹੈ ਜਿਹੜੀ ਜੜ ਹੁੰਦੀ ਹੈ ਉਹਦੀ ਇੱਕ ਲਿਕਡ ਜਿਹਾ ਨਿਕਲਦਾ ਇਹਦੇ ਵਿੱਚੋਂ ਤੇ ਜੇ ਆਪਾਂ ਵੀ ਡਾਇਰੈਕਟ ਹੀ ਲੈ ਕੇ ਕਟਿੰਗ ਉਸੇ ਟਾਈਮ ਤੇ ਹੀ ਲਾਉਂਦੇ ਹਾਂ ਤਾਂ ਉਹ ਜਿਹੜਾ ਵਿੱਚੋਂ ਲਿਕਡ ਜਿਹਾ ਨਿਕਲਦਾ ਜੇ ਆਪਾਂ ਉਸ ਤਰ੍ਹਾਂ ਉਹਦੀ ਲਾ ਦਈਏ ਤਾਂ ਉਹਦੇ ਨੂੰ ਫੰਗਸ ਲੱਗਣ ਦਾ ਡਰ ਰਹਿੰਦਾ ਗਾ ਤਾਂ ਕਰਕੇ ਆਪਾਂ ਇਹਨੂੰ ਕਟਿੰਗ ਲੈ ਕੇ ਕੁਛ ਟਾਈਮ ਲਈ ਜਾਂ ਇੱਕ ਦਿਨ ਲਈ ਰੱਖ ਸਕਦੇ ਹਾਂ ਤੇ ਰੱਖ ਕੇ ਫਿਰ ਆਪਾਂ ਫਿਰ ਇਹਨੂੰ ਦੂਸਰੇ ਦਿਨ ਸੈਂਡ ਦੇ ਵਿੱਚ ਲਗਾ ਦਾਂਗੇ ਜੇ ਇਹਦੀ ਕਟਿੰਗ ਵੀ ਥੱਲੇ ਤੋਂ ਲਈ ਹੈ ਤੁਸੀਂ ਨੀਚੋਂ ਕੱਟਿਆ ਹਾਰਡ ਵੁੱਡ ਲਈ ਹੈਗੀ ਤਾਂ ਕਰਕੇ ਫਿਰ ਉਹਨੂੰ ਆਪਾਂ ਗਾਰਡਨ ਸੋਇਲ ਅਤੇ ਖਾਦ ਅਤੇ ਆਪਣੀ ਪੱਤੀ ਦੀ ਖਾਦ ਜਾਂ ਕੋਈ ਗੋਬਰ ਦੀ ਖਾਦ ਵਗੈਰਾ ਕੋਈ ਵੀ ਲੈ ਸਕਦੇ ਹਾਂ ਉਹਦੇ ਵਿੱਚ ਲਾ ਸਕਦੇ ਹਾਂ ਪਰ ਜਦੋਂ ਆਪਾਂ ਕੱਚੀ ਕਟਿੰਗ ਲੈਣੀ ਹੈ ਤਾਂ ਆਪਾਂ ਸੈਂਡ ਦੇ ਵਿੱਚ ਲਾਵਾਂਗੇ ਤਾਂ ਉਹਦੇ ਰਿਜ਼ਲਟ ਬਹੁਤ ਵਧੀਆ ਮਿਲਦਾ ਗਾ ਅਤੇ ਪਾਣੀ ਜਿਹੜਾ ਦੇਣਾ ਪਾਣੀ ਇਹਨੂੰ ਬਹੁਤ ਜ਼ਿਆਦਾ ਪਾਣੀ ਨਹੀਂ ਦੇਣਾ ਗਾ ਅਤੇ ਇਹ ਸਾਈਕੁਲੈਂਟ ਵਰਾਇਟੀ ਕਿਉਂਕਿ ਇਹਦੇ ਵਿੱਚ ਪੱਤੀਆਂ ਦੇ ਵਿੱਚ ਹੀ ਪਾਣੀ ਸਟੋਰ ਹੁੰਦਾ ਗਾ ਇਹ ਇੰਨੀਆਂ ਨਹੀਂ ਜ਼ਿਆਦਾ ਪਾਣੀ ਦੇਣ ਨਾਲ ਇਹ ਗਲ ਜਾਂਦੀਆਂ ਗਾ ਤਾਂ ਕਰਕੇ ਆਪਾਂ ਇਹਨਾਂ ਨੂੰ ਪਾਣੀ ਨਹੀਂ ਜ਼ਿਆਦਾ ਨਹੀਂ ਦੇਣਾ ਗਰਮੀ ਦੇ ਵਿੱਚ ਤਾਂ ਲੋੜ ਹੁੰਦੀ ਹੈ ਗਰਮੀ ਦੇ ਵਿੱਚ ਤਾਂ ਡੇਲੀ ਪਾਣੀ ਦੇਣਾ ਪੈਂਦਾ ਹੈਗਾ ਸਰਦੀਆਂ ਦੇ ਵਿੱਚ ਇਹਨੂੰ ਘੱਟ ਪਾਣੀ ਦੇਣਾ ਪੈਂਦਾ ਸਾਈਕੁਲੈਂਟ ਵਰਾਇਟੀ ਦੇ ਪਲਾਂਟ ਹੁੰਦੇ ਆ ਉਹਨਾਂ ਨੂੰ ਜ਼ਿਆਦਾਤਰ ਪਾਣੀ ਦੀ ਜ਼ਿਆਦਾ ਲੋੜ ਨਹੀਂ ਹੁੰਦੀ ਉਹਦੇ ਵਿੱਚ ਹਲਕਾ ਮੋਇਸਚਰ ਬਣਿਆ ਰਹਿਣਾ ਚਾਹੀਦਾ ਹਲਕਾ ਮੋਇਸਚਰ ਮਤਲਬ ਉਹਨੂੰ ਥੋੜ੍ਹਾ ਥੋੜ੍ਹਾ ਪਾਣੀ ਮਿਲਦਾ ਰਹੇ ਤਾਂ ਉਹਨੇ ਨਾਲ ਹੀ ਉਹ ਬਹੁਤ ਵਧੀਆ ਰਹਿੰਦੇ ਹੈਗੇ ਇਸ ਤਰ੍ਹਾਂ ਜ਼ਿਆਦਾ ਪਾਣੀ ਪਾਉਣ ਦੀ ਲੋੜ ਨਹੀਂ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਕੱਟ ਕਰ ਦਿਆਂਗੇ ਇੱਥੋਂ ਕੱਟ ਕਰ ਦਿਆਂਗੇ ਕਿਉਂਕਿ ਇਸ ਦੀ ਫਿਰ ਗਰੋਥ ਹੋਜੂਗੀ ਹੁਣ ਇਹਦਾ ਸੀਜ਼ਨ ਗਿਆ ਇਹ ਵਿੰਟਰ ਦੇ ਵਿੱਚ ਹੀ ਫਲਾਵਰਿੰਗ ਬਹੁਤ ਜ਼ਿਆਦਾ ਕਰਦਾ ਹੈਗਾ ਹੁਣ ਇਹਦੀ ਸੀਜ਼ਨ ਮਤਲਬ ਚੱਲਿਆ ਗਿਆ ਅਤੇ ਹੁਣ ਆਪਾਂ ਇੱਥੋਂ ਪਾ ਦਾਂਗੇ ਅਤੇ ਇਹ ਫਿਰ ਇੱਥੋਂ ਵੱਧ ਤੋਂ ਵੱਧ ਗਰੋਥ ਇਹਦੀ ਬਣੂਗੀ ਅਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਇਹਦੀ ਕਟਿੰਗ ਕਿਵੇਂ ਲੈਣੀ ਕਟਿੰਗ ਮੈਂ ਹੁਣ ਪਹਿਲਾਂ ਹੀ ਇੱਕ ਕੱਟ ਰੱਖੀ ਸੀਗੀ ਅਤੇ ਕਿਉਂਕਿ ਉਹ ਡਰਾਈ ਹੋਣ ਵਾਸਤੇ ਥੋੜ੍ਹੀ ਜਿਹੀ ਰੱਖਤੀ ਸੀ ਮੈਂ ਸਾਰੇ ਫੁੱਲ ਪਹਿਲਾਂ ਕਟਿੰਗ ਕਰ ਦੂੰਗੀ ਨਵੰਬਰ ਦੀ ਫਲਾਵਰਿੰਗ ਇੱਥੇ ਸ਼ੁਰੂ ਹੋਈ ਵੀ ਸੀ ਹੁਣ ਦੇਖੋ ਮਈ ਆ ਗਈ ਮਈ ਦੇ ਵਿੱਚ ਵੀ ਹਜੇ ਬਹੁਤ ਸੋਹਣੀ ਗਰੋਥ ਬਹੁਤ ਸੋਹਣੇ ਫੁੱਲ ਲੱਗੇ ਹੋਏ ਆ ਹਜੇ ਤੱਕ ਖਿੜ ਰਹੇ ਆ ਇਹਦੇ ਫੁੱਲ ਪਰ ਹੁਣ ਇਹਨੂੰ ਤਾਂ ਸਾਰੇ ਕੱਟਣ ਦਾ ਹੀ ਫਾਇਦਾ ਕਿਉਂਕਿ ਫਿਰ ਇਹਦੀ ਗਰੋਥ
ਵਧੂਗੀ ਤੇ ਇਥੋਂ ਰੂਟ ਇਥੋਂ ਨਿਕਲਣਗੇ ਵੱਧ ਤੋਂ ਵੱਧ ਪੱਤੀਆਂ ਇਸ ਤੋਂ ਜਿੰਨੇ ਆਪਾਂ ਇਹਨੂੰ ਕੱਟ ਕਰਾਂਗੇ ਉਨੀਆਂ ਹੀ ਵੱਧ ਨਿਕਲਣਗੀਆਂ ਤੇ ਫਿਰ ਉਸ ਤੋਂ ਵੱਧ ਫਲਾਵਰਿੰਗ ਲਵਾਂਗੇ ਆਪਾਂ ਤੇ ਇਹ ਗਮਲੇ ਪੂਰੇ ਫੁੱਲ ਭਰ ਜਾਣਗੇ ਤੇ ਤੁਸੀਂ ਇੰਨੀ ਕਟਿੰਗ ਵੀ ਇੱਕ ਲਿਆ ਕੇ ਤੁਸੀਂ ਇੱਕ ਮੈਂ ਤੁਹਾਨੂੰ ਦਿਖਾਉਂਦੀ ਹਾਂ इन्नी कटिंग भी लग सकती है जी इन्नी कटिंग लिया के तुसी लगा सकते हैं जे तुहाडे कोल भी मतलब एक पौधा भी नहीं है तो नहीं तो तुसी नर्सरी तो लिया के एक पौधे तो कई हजार पौधे बना सकते हैं तो हजार ही फुल पा सकते हैं तो फुल लैण लई मैं तुहानू दसूंगी दस दी भी किहड़ी खाद जां किन्नी किवें पाउणी है इहनू भी उह भी आपां दसांगे कटिंग ला के पहला आपां कटिंग लाउणे आ फिर उस तों बाद तुहानू दसांगे आपां भी कि आ कटिंग आप हम जी ली सी ए कटिंग आप इस तो ली ए थोड़ी जी गिली होंगी है मॉइस्चर इन हल्का इनू ड्राई होने रख देंगे तो उस तो बाद फिर आप लावे जे आप इनू डायरेक्ट लाने बैठी तो फंगस लगन का डर रहा है हूँ मेरे को जिड़िया कटिंग मैं कट के रखी सी सूनों आप दस दें आप दिखाने सूनों ला के दिखाने कटिंग लाने लिये आप हम सेंड लवेंगे तो सेंड के देखो सेंड मैं ले ली एक ते ये सैंड दे विच ही आपां कटिंग नूं सैंड दे विच ही लावांगे आपां ते सैंड ते आपां कटिंग लाउण लई कोई भी हारमोन जो नहीं लिया ना ही एलोवेरा लिया कुछ भी लिया ये इस तरह सीधी भी लग जूगी आई ला देंगे आपां डायरेक्टली आ जिहड़े तीन आ देखो इस तों इन्नियां पत्तियां इहदे कटिंग कर लैणियां पहला पहला थल्ले वाली कटिंग ला देणियां ते आ जिहड़े चार नोट ये चार नोड जे ये बिच जाने चाहिए क्योंकि इतों ही जड़ निकलनी इन्हों की इस तरह ही मिट्टी के दबा दो इस तरह ही दबा देने तो इस तरह इन सीधा ही ला देना आ एक पत्ती तो ग्रो होया हो पत्ती एक पत्ती तो ग्रो होया हो पत्ती भी इस तरह इस तरह ला के रख दें पर टाइम बहुत ज़्यादा लग जूगा उन्होंने पत्ती तो ग्रो होने पर पत्ती तो भी ग्रो हो जाता इस तरह ला के रख देंगे पत्ती तो भी ग्रो होगा तो इस तरह लाने आप हम आप पानी दे देंगे इन पानी पहला फुल दे देना इन पानी क्योंकि सैंड ए निकल जाना ज्यादा ना तो इनू ज्यादा सुकन भी नहीं देना हौली हौली आप पानी इनू देंदे रहना गा छां दे शेडी एरिया दे विच रखना इनू ज्यादा धुप दे विच नहीं रखना फिर उस तो बाद सुबह की धुप दे विच जदों मर्जी रख सकते हैं आप इनू तो हुण आप दस दें जी कि विच खाद कि पाउणी है तुसीं खाद अपनी गोबर की खाद भी पा सकते हैं महीने बाद पंद्रह दिन बाद पा सकते हैं तो जी अपनी पत्ती हुंदी है चाह पत्ती उन्हों सुखा के उदी शूगर चंगी तरह धो के कढ के चाह पत्ती बनाने जो आप शूगर कढ के धो के फिर आप सुखा के फिर इन पा सकते हैं वो इन्नी फलावरिंग होगी फलावरिंग बहुत ज्यादा होगी कि तुसी मन खुश हो जाता देख के सारे गमला मतलब भर जाता वे तो इनू फिर चाहे धुप्प दे विच रख्या होना चाहिए फिर कोई गल नहीं फिर नवंबर तो लैके अपने मार्च अप्रैल मई तक तुसी इहदी फलावरिंग देख सकते हैं तो आनंद माण सकते हैं आ तो आप हूँ लाती है तो जिहड़ियां आप दस दिन पहला लाइया सी उहदी सूनू रूट दिखाउनी है मैं किस तरह लगी हुई है निकली हुई है मैं दो कटिंगा ही दस पंद्रह दिन पहला ला दित्तियां सी दिखाउनी आ सूनू आ देखो इस तरह यदि जड़ ए बन जाता है बहुत जल्दी एदियाँ जड़ा निकल आ बहुत जल्दी वधिया बूटा हो जाए हुण इहनू मैं बारह इंची गमले दे विच तीन चार इस तरह दी कटिंगां ला दूंगी तो ज्यादा वड्डा पौधा ज्यादा वड्डा मतलब गमला लैण दी लोड़ नहीं ये छोटे गमले दे विच ही चल पैंदा गा तो खाद इहनू तुसी कंपोस्ट खाद भी पा सकदे आ तो गोबर की खाद भी पा सकदे आ पत्ती की कोई मर्जी खाद पा दो इहनू सब चल सकदियां भी मतलब लिक्विड पा दो चाहे कुछ भी पा सकदे आ कोई इन्ना ज्यादा जरूरत नहीं इहनू ज्यादा केयर करन दी भी लोड़ नहीं वे इस तरह ही पूरी फलावर करूंगा तो हुण अपनी मिलदे फिर आपां किसी होर अगली वीडियो दे विच ते तद तक ले बाय।